ਡਾਕਟਰੀ ਟੈਸਟ ਲਿਖ ਵੀ ਦਿੰਦੇ ਨੇ, ਪਰ ਕਈ ਜਣੇ ਨਾ ਮਤਲਬ ਇਹ ਦੇਖ ਕੇ ਵੀ ਸਾਡੀ ਅਲਟਰਾਸਾਊਂਡ ਤਾਂ ਵਧੀਆ ਆਈ ਆ ਤੇ ਉਹ ਇਹ ਟੈਸਟ ਕਰਵਾਉਂਦੇ ਨਹੀਂ ਹੈਗੇ। ਬੱਚੇ ਦੀ ਮਤਲਬ ਮਾਨਸਿਕਤਾ ਬਾਰੇ ਹਨਾ ਸਾਰਾ ਕੁਝ ਪਤਾ ਲੱਗ ਜਾਂਦਾ। ਸਾਰਿਆਂ ਨੂੰ ਕੀ ਹਾਲ ਆ ਸਭ ਦੇ, ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਸਾਡਾ ਨਾ ਕਈ ਦਿਨਾਂ ਤੋਂ ਏਸੀ ਦੀ ਪ੍ਰੋਬਲਮ ਚੱਲੀ ਜਾਂਦੀ ਸੀਗੀ, ਏਸੀ ਨਾ ਚੇਂਜ ਕਰਵਾਉਣਾ ਸੀ ਕਿਉਂਕਿ ਇਸ ਵਾਰ ਅਸੀਂ ਮਈ ਮਹੀਨੇ ਦੇ ਵਿੱਚ ਹੀ ਲਗਵਾਇਆ ਸੀ ਏਸੀ, ਤੇ ਉਹਦੇ ਵਿੱਚ ਨਾ 3-4 ਵਾਰੀ ਪ੍ਰੋਬਲਮ ਆ ਗਈ ਤੇ ਫਿਰ ਅੱਜ ਹੁਣੀ ਫੋਨ ਕੀਤਾ ਸੀ ਅਸੀਂ ਉਹਨਾਂ ਨੂੰ ਤੇ ਉਹ ਕਹਿੰਦੇ ਉਹਦੀ ਨਾ ਹੁਣ ਇਨਡੋਰ ਯੂਨਿਟ ਹੁੰਦੀ ਹੈ ਜਿਹੜੀ ਅੰਦਰ, ਉਹ ਚੇਂਜ ਹੋਊਗੀ ਤੇ ਬਸ ਹੁਣ ਆਉਂਦੇ ਸੀਗੇ ਉਹ ਵੀਰੇ ਹੋਰੀ ਚੇਂਜ ਕਰਨ ਵਾਸਤੇ। ਉਹਨੂੰ ਅਸੀਂ ਲੋਇਡ ਦਾ ਲਗਵਾਇਆ ਸੀ, ਹੈਵਲ ਦਾ ਹੁੰਦਾ ਜਿਹੜਾ ਏਸੀ, ਤੇ ਉਹਦੇ ਵਿੱਚ ਬਸ ਪ੍ਰੋਬਲਮ ਜੀ ਆ ਗਈ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਹਜੇ ਤੁਹਾਡਾ ਗਰੰਟੀ ਦੇ ਵਿੱਚ ਪਿਆ ਗਾ ਤੇ ਆਪਾਂ ਵੀ ਉਹ ਚੇਂਜ ਕਰ ਦਿੰਦੇ ਹਾਂ ਜਿਹੜੀ ਇੰਡੋਰ ਯੂਨਿਟ ਹੁੰਦੀ ਹੈਗੀ ਉਹਦੀ। ਬਸ ਹੁਣ ਉਹ ਆਉਂਦੇ ਹੈਗੇ ਤੇ ਹਰਜੀਤ ਨੂੰ ਮੈਂ ਕਿਹਾ ਸੀ ਅਸੀਂ ਵੈਸੇ ਜਾ ਕੇ ਆਉਣਾ ਸੀਗਾ, ਅੱਜ ਥੋੜ੍ਹਾ ਜਿਹਾ ਮੈਡਮ ਕੋਲ ਵੀ ਡਾਕਟਰ ਕੋਲ ਜਾ ਕੇ ਆਉਣਾ ਸੀ, ਮਿਲ ਕੇ ਆਉਣਾ ਸੀਗਾ ਅਸੀਂ ਤੇ ਬਾਕੀ ਪਹਿਲਾਂ ਤਾਂ ਏਸੀ ਚੇਂਜ ਕਰਵਾਈਏ। ਅਸੀਂ ਏਸੀ ਲਵਾਇਆ ਸੀਗਾ ਮਈ ਦੇ ਵਿੱਚ ਤੇ ਇਹਦੀ ਆ ਗਈ ਪ੍ਰੋਬਲਮ। ਅਗਰ ਪ੍ਰੋਬਲਮ ਆਉਂਦੀ ਹੈ ਪਹਿਲਾਂ ਠੀਕ ਕਰਕੇ ਵੀ ਜਾਂਦੇ ਆ, ਅਗਰ ਨਹੀਂ ਠੀਕ ਕਰਕੇ ਜਾਂਦੇ ਤਾਂ ਉਸ ਤੋਂ ਬਾਅਦ ਮਤਲਬ ਕਿ ਜੇ ਨਹੀਂ ਠੀਕ ਹੁੰਦਾ ਤਾਂ ਫਿਰ ਇਹ ਚੇਂਜ ਵੀ ਕਰ ਦਿੰਦੇ ਹੁੰਦੇ ਆ। ਬਾਕੀ ਬਾਈ ਹੋਰੀ ਚੇਂਜ ਕਰਨ ਵਾਸਤੇ ਆਇਆ ਇਨਡੋਰ ਪੂਰਾ, ਏਸੀ ਦੇ ਵਿੱਚੋਂ ਫੁੱਲ ਆਵਾਜ਼ ਆਉਂਦੀ ਸੀ। ਇਹ ਕਰ ਦਿੰਦੇ ਆ, ਕੋਈ ਵੀ ਕੰਪਨੀਆਂ ਕਰਦੀਆਂ ਨਾ ਬਾਈ ਇਹ, ਕਰਵਾ ਲੈਣਾ ਚਾਹੀਦਾ ਇਹ ਜਦੋਂ ਆਪਾਂ ਪੈਸੇ ਦਿੰਦੇ ਆ ਹਨਾ, ਤੇ ਆਵਾਜ਼ ਦਿੰਦਾ ਸੀ ਬਹੁਤ ਜ਼ਿਆਦਾ ਆਵਾਜ਼ ਆਉਂਦੀ ਸੀਗੀ। ਫਿਰ ਅਸੀਂ ਸੋਚਿਆ ਵੀ ਇਹਨੂੰ, ਹਾਂ ਬਾਕੀ ਇੱਕ ਮਹੀਨਾ ਪਹਿਲਾਂ ਪਾਈ ਸੀ ਕੰਪਲੇਂਟ ਤਾਂ, ਇੱਕ ਮਹੀਨਾ ਲੱਗ ਗਿਆ ਇਹਨੂੰ ਆਉਂਦੇ ਕਰਦੇ ਨੂੰ। ਹਾਂ ਹੁਣ ਇਹਦੀ ਰਿਪਲੇਸਮੈਂਟ ਕਰ ਰਹੇ ਨੇ ਅੰਦਰਲੇ ਇਨਡੋਰ ਦੀ, ਕਿਉਂਕਿ ਆਵਾਜ਼ ਇਹ ਦੇ ਰਿਹਾ ਤੇ ਇਹ ਕਰਵਾ ਲੈਣਾ ਚਾਹੀਦਾ, ਇਹ ਧਿਆਨ ਦੇਣਾ ਚਾਹੀਦਾ ਆਪਾਂ ਨੂੰ। ਕਈ ਵਾਰ ਆਪਾਂ ਨਾ ਫਿਰ ਉਹੀ ਸਾਲ ਬਾਅਦ ਇਹਦੀ ਗਰੰਟੀ ਵਗੈਰਾ ਖਤਮ ਹੋ ਜਾਂਦੀ ਹੈ ਤੇ ਫਿਰ ਆਪਦੇ ਕੋਲੋਂ ਪੈਸੇ ਲੱਗਦੇ ਆ। ਬਾਕੀ ਇਹਦੇ ਨਾਲ ਸੇਮ ਹੀ ਹੈ ਨਾ ਵੀ ਬਿਲਕੁਲ, ਆ ਸਾਰਾ ਕੁਝ ਲੱਗਿਆ ਸਟicker ਵਗੈਰਾ ਟੋਟਲੀ ਸਟicker ਨਹੀਂ। 5 ਸਾਲ ਦੀ ਗਰੰਟੀ ਹੋਣੀ ਹੈ ਵੀ ਸੇਮ ਹੀ ਹੈ ਗਰੰਟੀ। ਇਹ ਤਾਂ ਗਰੰਟੀ ਤਾਂ ਆਪਾਂ ਨੂੰ ਉਸੇ ਜਿਹੜਾ ਆਪਣਾ ਬਿੱਲ ਨਿਕਲਿਆ ਹੋਇਆਗਾ ਉਹ ਤੇ ਹੋਊਗੀ, ਬਾਕੀ ਦਾ ਜਿਹੜਾ ਸੀਰੀਅਲ ਨੰਬਰ ਹੁੰਦਾ ਇਹ ਚੇਂਜ ਹੋ ਕੇ ਆਉਂਦਾ ਕਿ ਦੁਬਾਰਾ ਉਹੀ ਆਉਂਦਾ? ਇਹ ਵੀ ਨਾ ਥੋੜਾ ਚੱਲੂਗਾ ਤਾਂ ਹੋਊਗਾ ਹੀ, ਇਹਦਾ ਪਰ ਚੇਂਜ ਹੋ ਗਿਆ ਹੈ ਹੁਣ, ਆ ਚੜ ਜੂਗਾ ਸਿਸਟਮ ਦੇ ਵਿੱਚ ਆਟੋਮੈਟਿਕ ਚੜ ਜੂਗਾ। ਅੱਛਾ ਜੋ ਪੱਲੇ ਪਲੇਸ ਹੋ ਗਿਆ ਹੈ ਨਾ ਮੇਰੇ ਕਿਸੇ, ਹਾਂ ਕੋਈ ਦਿੱਕਤ ਤਾਂ ਨਹੀਂ? ਨਹੀਂ ਨਹੀਂ ਭਾਈ, ਤੁਹਾਨੂੰ ਕੋਈ ਵਈ ਵੀਡੀਓ ਬਣਾਉਣਾ ਪਾਉਣ ਤੇ ਨਾ ਕੋਈ ਚੱਕਰ ਨਹੀਂ ਆਪਾਂ ਨੂੰ। ਹਾਂ ਤੁਸੀਂ ਵਈ ਤਾਂ ਅਸੀਂ ਲਗਵਾਏ 3 ਮਹੀਨੇ ਨਹੀਂ ਹੋਏ ਸਾਨੂੰ ਲਗਵਾਏ। ਨਹੀਂ ਨਹੀਂ ਇਹ ਤਾਂ ਛੋੜ, ਕਈ ਵਾਰ ਇਹ ਹੁੰਦਾ ਵੀ ਵੀਡੀਓ ਵਗੈਰਾ ਬਣਾਉਂਦੇ ਆ, ਨਾ ਨਾ ਸਾਨੂੰ ਕੋਈ ਚੱਕਰ ਨਹੀਂ ਭਾਈ, ਬਾਕੀ ਸਾਰੀ ਚੀਜ਼ ਸੇਮ ਹੀ ਹੈ। ਹੈ ਇਹ ਬਈ ਪਹਿਲਾਂ ਵੀ 2 ਵਾਰੀ ਦੀ, ਇੱਕ ਵਾਰੀ ਤਾਂ ਮੋਟਰ ਚੇਂਜ ਕਰ ਗਿਆ, ਫਿਟਿੰਗ ਦੀ ਗਲਤੀ ਹੋਈ ਆ, ਹੋਰ ਕਾਸੇ ਦੀ ਗਲਤੀ ਨਹੀਂ ਹੋਈ। ਜੇ ਉਹ ਫਿਟਿੰਗ ਸਹੀ ਕਰ ਜਾਂਦੇ ਤਾਂ ਐਨੀ ਪ੍ਰੋਬਲਮ ਨਹੀਂ ਸੀਗੀ ਉਹਦੀ, ਕਿਉਂਕਿ ਇਹਦੇ ਵਿੱਚ ਪਾਣੀ ਅੰਦਰ ਆਉਣ ਲੱਗ ਗਿਆ ਤਾਂ ਅੰਦਰ ਪਾਣੀ ਆਉਣ ਕਰਕੇ ਸ਼ਾਇਦ ਬਈ ਪ੍ਰੋਬਲਮ ਆਈ ਹੈ। ਤੁਸੀਂ ਦੇਖੋ ਖੋਲ ਕੇ, ਬਾਕੀ ਤੁਹਾਨੂੰ ਪਤਾ ਲੱਗਣਾ ਬਾਅਦ ਦੇ ਵਿੱਚ ਜਦੋਂ ਖੋਲ ਲਾਂਗੇ ਨਾ ਤੁਹਾਨੂੰ ਪਤਾ। ਹਾਂ ਤੇ ਬਾਕੀ ਨੂੰ ਥੋੜਾ ਜਿਹਾ ਉੱਚਾ ਲਾ ਦਿਓ, ਉੱਚਾ ਫਿਰ ਕੋਈ ਵਿੱਚ ਗੀਅਰ ਪਾਇਰ ਦੀ ਸੈਟਿੰਗ ਨਹੀਂ ਹੋਈ ਤੋਂ ਸਰਾਖ ਵੱਜੇ ਬਿਨਾਂ ਪਹਿਲਾਂ, ਤੇ ਫਿਰ ਪਾਣੀ ਨਾ ਬਸ ਅੰਦਰ ਡਿੱਗੇ, ਪਾਣੀ ਨਾ ਉਹ ਸਿਸਟਮ ਕਰ ਦਾਂਗੇ ਔਰ ਨੀਵੀਂ ਕਰ ਦਿਓ ਅੰਦਰੋਂ, ਬਸ ਜਿਹੜਾ ਪਾਣੀ ਅੰਦਰ ਆਇਆ ਜੇ ਰਾਤ ਵੀ ਹੁਣ ਬਾਰਿਸ਼ ਹੋਈ ਹੈ ਬਠਿੰਡੇ ਰਾਤ ਇੰਨੀ ਤੇ ਉਹਦੇ ਕਰਕੇ ਅੰਦਰ ਬਹੁਤ ਪਾਣੀ ਆਇਆ ਦਾ ਉੱਪਰੋਂ ਪਾਇਪ ਵਗੈਰਾ ਤਾਂ ਨਾ ਨਾ ਇਹ ਆਉਂਦਾ ਇਹਦੇ ਵਿੱਚੋਂ, ਮੈਂ ਵੀਡੀਓ ਵੀ ਬਣਾਈ ਹੋਈ ਹੈ, ਮੈਂ ਤੁਹਾਨੂੰ ਦਿਖਾਉਂਗਾ ਵੀਡੀਓ, ਰਾਤ ਵੀ ਬਹੁਤ ਪਾਣੀ, ਰਾਤ ਪਾਣੀ ਆਇਆ ਆ ਤੁਹਾਡੇ ਸਾਹਮਣੇ ਲੈਣਾ ਹੀ ਤਾਂ ਬਣੀ ਹੀ ਪੰਜਾਂ ਨੇ ਪਾਣੀ ਵਾਲੀਆਂ। ਹੋ ਗਿਆ ਚੇਂਜ ਭਾਈ, ਏਸੀ ਪਲੇਨ ਪਨੀਰ ਜਿਹਾ ਲੱਗਦਾ ਇਹਦੇ, ਉਹ ਸਟicker ਵਗੈਰਾ ਨਹੀਂ ਲੱਗੇ ਹੋਏ ਹਨਾ, ਬਾਕੀ ਬਾਈ ਵਰਗੇ ਨੇ ਕਰ ਲਿਆ ਸੀ ਪੈਕ ਤੇ ਕਹਿੰਦੇ ਫਿਰ ਜਿੱਥੋਂ ਇਹ ਆਇਆ ਗਾ ਕਹਿੰਦੇ ਉੱਥੇ ਵਾਪਸ ਵੀ ਭੇਜਣਾ ਹੁੰਦਾ, ਫਿਰ ਇਹ ਟੈਸਟਿੰਗ ਵਗੈਰਾ ਹੋਊਗੀ ਉੱਥੇ ਜਾ ਕੇ। ਹਾਂ ਹੁਣ ਨਹੀਂ ਆਵਾਜ਼ ਕਰ ਰਿਹਾ ਸੀ, ਧੰਨਵਾਦ ਬਾਈ ਤੁਹਾਡਾ।
ਹੁਣ ਸਹੀ ਲਾਇਆ। ਅਗਰ ਪ੍ਰੋਬਲਮ ਆਈ ਤਾਂ ਤੁਹਾਨੂੰ ਦੁਬਾਰਾ ਹੋਰ ਫੋਨ ਕਰਾਂਗੇ ਫਿਰ। ਅਗਰ ਤਾਂ ਨਾ ਆਵੇ ਪਤਾ ਕਹਿੰਦੇ ਵਧੀਆ ਗੱਲ ਆ ਕਿ ਨਹੀਂ ਹੈ। ਏਸੀ ਸਾਡਾ ਅੰਦਰੋਂ ਮਤਲਬ ਕਿ ਚੇਂਜ ਕਰ ਗਏ ਉਹ, ਹੁਣ ਬਹੁਤ ਵਧੀਆ ਚੱਲ ਰਿਹਾ। ਪਹਿਲਾਂ ਨਾ ਬਹੁਤ ਜ਼ਿਆਦਾ ਆਵਾਜ਼ ਕਰਦਾ ਸੀਗਾ, ਹੁਣ ਨਹੀਂ ਕਰਦਾ। ਪਹਿਲਾਂ ਤੁਸੀਂ ਵੀ ਸੁਣਦੇ ਹੋਵੋਗੇ, ਤੁਸੀਂ ਕਹਿੰਦੇ ਜੀ ਪਿੱਛੇ ਕੀ ਚੱਲਦਾ, ਉਹ ਏਸੀ ਦੀ ਆਵਾਜ਼ ਹੁੰਦੀ ਸੀ। ਤੁਸੀਂ ਕਹਿੰਦੇ ਜੀ ਪੱਖਾ ਚੱਲਦਾ, ਉਹ ਏਸੀ ਦੀ ਆਵਾਜ਼ ਹੁੰਦੀ ਸੀਗੀ। ਤਾਂ ਕਰਕੇ ਫਿਰ ਅਸੀਂ ਇਹ ਸੋਚਿਆ, ਪਹਿਲਾਂ ਕੰਪਲੇਂਟ ਪਾਈ ਹੋਈ ਸੀ, ਮਤਲਬ ਕਿ ਸਾਨੂੰ ਘੱਟੋ ਘੱਟ 20-25 ਦਿਨ ਲੱਗ ਗਏ। ਅਤੇ ਫਿਰ ਉਹਨਾਂ ਨੇ ਮਤਲਬ ਕਿ ਪਿੱਛੇ ਤੋਂ ਇਹ ਇਨਡੋਰ ਯੂਨਿਟ ਭੇਜੀ ਜੀਰਕਪੁਰ ਤੋਂ, ਫਿਰ ਆਉਂਦੇ ਕਰਦੇ ਲੱਗ ਗਏ ਦਿਨ ਕਈ, ਹਾਂ ਮਹੀਨੇ ਵਾਂਗੂ ਹੀ ਹੋ ਗਿਆ। ਅਤੇ ਫਿਰ ਉਹ ਅੱਜ ਆ ਕੇ ਚੇਂਜ ਕਰ ਗਏ, ਅਤੇ ਹੁਣ ਇਹ ਬਹੁਤ ਵਧੀਆ ਚੱਲ ਰਿਹਾ ਹੈਗਾ। ਤੁਸੀਂ ਵੀ ਅਗਰ ਕਈ ਵਾਰ ਕੋਈ ਪ੍ਰੋਬਲਮ ਹੁੰਦੀ ਹੈ, ਗਰੰਟੀ ਦੇ ਵਿੱਚ 1 ਸਾਲ ਤੋਂ ਘੱਟ ਹੀ ਹੋਇਆ ਹੈਗਾ ਸਮਾਂ, ਹੈ ਨਾ, ਤਾਂ ਤੁਸੀਂ ਇਹਦੀ ਪਹਿਲਾਂ ਕੰਪਲੇਂਟ ਪਾਓ, ਫਿਰ ਉਹ ਆ ਕੇ ਆਪ ਦੇਖ ਕੇ ਜਾਣਗੇ। ਫਿਰ ਤੁਹਾਡਾ ਇਹ ਸੀਰੀਅਲ ਨੰਬਰ ਲੈ ਕੇ ਜਾਂਦੇ ਆ, ਫਿਰ ਉਹ ਸੀਰੀਅਲ ਨੰਬਰ ਨੂੰ ਮਤਲਬ ਕਿ ਅੱਗੇ ਭੇਜ ਕੇ ਫਿਰ ਇਹ ਉੱਥੋਂ ਮੰਗਵਾਉਂਦੇ ਆ ਨਵਾਂ। ਬਾਕੀ ਐ ਨਾ ਹੁਣ ਲੈਤੇ ਨੂੰ ਕਿੰਨਾ ਕੁ ਟਾਈਮ ਹੋਇਆ ਹਲੇ? ਹਾਂ ਹਾਂ, ਹਲੇ ਤਾਂ ਮਈ ਦੇ ਵਿੱਚ ਹੀ ਲਵਾਇਆ ਸੀ ਨਵਾਂ ਇਹ। ਜਿਹੜਾ ਆਪਾਂ ਲਵਾਇਆ ਹਲੇ ਸਾਰੇ ਮਹੀਨੇ, ਤਿੰਨ ਤਾਂ ਮਹੀਨੇ ਹੋਏ ਨੇ, ਤਿੰਨ ਮਹੀਨਿਆਂ ਵਿੱਚ ਮੈਂ ਬਾਲੀਆਂ ਨਹੀਂ ਕਹਿੰਦੀ, ਘੱਟੋ ਘੱਟ ਸਾਡੀਆਂ 6-7 ਕੰਪਲੀਟਾਂ ਵਗ ਗਈਆਂ ਉਹਨਾਂ ਕੋਲ, ਕਿਉਂਕਿ ਪਹਿਲਾਂ ਤਾਂ ਇਹ ਪਾਣੀ ਅੰਦਰ ਸਿੜਦਾ ਹੁੰਦਾ ਸੀਗਾ। ਇਹਨਾਂ ਨੇ ਉਹ ਕਹਿੰਦੇ ਵੀ ਜਿਹੜਾ ਮੋਇਸਚਰਾਈਜ਼ਰ ਹੁੰਦਾ ਥੋੜਾ ਜਿਹਾ ਜ਼ਿਆਦਾ ਵਗ ਗਿਆ ਸੀ, ਕਹਿੰਦੇ ਇਹਦੇ ਪਾਈਪ ਦੇ ਨਾਲ ਮਤਲਬ ਕਿ ਉਹ ਹੋ ਕੇ ਆ ਗਿਆ। ਤੇ ਉਹ ਪਹਿਲਾਂ ਤਾਂ ਪਾਣੀ ਦੀ ਪ੍ਰੋਬਲਮ ਚੱਲੀ ਗਈ 2-3 ਵਾਰੀ, ਫਿਰ ਉਸ ਤੋਂ ਬਾਅਦ ਕਹਿੰਦੇ ਇਹਦੀ ਮੋਟਰ ਖਰਾਬ ਆ, ਫਿਰ ਇਹਦੀ ਮੋਟਰ ਚੇਂਜ ਕਰਕੇ ਗਏ, ਫਿਰ ਉਸ ਤੋਂ ਬਾਅਦ ਉੱਪਰਲੇ ਦੀ ਵੀ ਮੋਟਰ ਚੇਂਜ ਕਰਕੇ, ਜਿਹੜੀ ਉੱਪਰ ਲੱਗੀ ਹੋਈ ਨਾ ਯੂਨਿਟ ਆਊਟਡੋਰ, ਉਹਦੀ ਵੀ ਮੋਟਰ ਨਹੀਂ, ਉਹਦਾ ਸੈਂਸਰ ਚੇਂਜ ਕਰਕੇ ਗਏ। ਸੈਂਸਰ ਸੈਂ ਦੋ ਵਾਰ ਕੀ ਸੈਂਸਰ ਉਹਦੇ? ਇਹ 2 ਵਾਰੀ ਚੇਂਜ ਕਰ ਗਏ। 2 ਵਾਰ ਚੇਂਜ ਕਰ ਗਏ, ਜਿੱਦਾਂ ਦਾ ਅਸੀਂ ਲਿਆ ਸੀ ਬਸ ਉਹਦੇ ਕੰਪਲੀਟਾਂ ਹੀ ਪਾਈ ਜਾਂਦੇ ਸੀਗੇ ਅਸੀਂ, ਫਿਰ ਹਾਰ ਕੇ ਚੇਂਜ ਹੀ ਹੋ ਗਏ, ਚੇਂਜ ਹੀ ਕਰ ਦਨੇ ਅਸੀਂ ਤੇ ਚੇਂਜ ਕਰ ਗਏ। ਤੇ ਹੁਣ ਅਸੀਂ ਜਾ ਰਹੇ ਸੀਗੇ ਹਸਪੀਟਲ, ਹਸਪੀਟਲ ਜਾ ਰਹੇ ਸੀਗੇ ਅਸੀਂ। ਅਸੀਂ ਨਾ ਟੈਸਟ ਕਰਵਾਇਆ ਸੀਗਾ, ਮੇਰਾ ਮਤਲਬ ਮੈਡਮ ਨੇ ਟੈਸਟ ਕਰਵਾਇਆ ਸੀਗਾ, 1 ਹਫ਼ਤਾ ਹੋ ਗਿਆ, ਤੇ ਉਹਦੀ ਜਿਹੜੀ ਰਿਪੋਰਟ ਆ ਗਈ ਉਹ ਵੀ 1 ਹਫ਼ਤੇ ਬਾਅਦ ਹੋਣੀ, ਤੇ ਉਹ ਕਾਹਦਾ ਟੈਸਟ ਸੀਗਾ ਤੇ ਕਿਵੇਂ ਟੈਸਟ ਹੁੰਦਾ ਉਹ ਮੈਂ ਤੁਹਾਨੂੰ ਸਾਰਾ ਰਿਪੋਰਟ ਸਾਡੇ ਕੋਲੇ ਅੱਜ ਆਈ ਆ। ਹਾਂ ਵੀ ਆਪਾਂ ਇੱਕ ਵਾਰ ਮੈਡਮ ਕੋਲੇ ਜਾਏ, ਮਿਲੇ ਵੀ ਸਾਰਾ ਕੁਝ ਸਹੀ ਹੈਗਾ, ਫਿਰ ਆ ਕੇ ਮੈਂ ਤੁਹਾਨੂੰ ਉਹ ਟੈਸਟ ਬਾਰੇ ਵੀ ਜ਼ਰੂਰ ਦੱਸੂਗੀ। ਸੋ ਚੱਲੀਏ ਫਿਰ ਅਜੀਤ ਆਪਾਂ, ਚਲੋ ਜੀ ਹੁਣ ਚੱਲਦੇ ਆ। ਰਿਪੋਰਟ ਸਾਡੇ ਕੋਲੇ ਆ ਗਈ ਸੀਗੀ, ਉਸ ਨੂੰ ਦੱਸਾਂਗੇ ਵੀ ਜ਼ਰੂਰ ਅਸੀਂ ਵੀ, ਹਾਂ ਦੱਸਾਂਗੇ ਜ਼ਰੂਰ ਆ ਕੇ ਵੀ ਕਾਹਦਾ ਟੈਸਟ ਸੀਗਾ, ਕਿਉਂ ਕਰਵਾਇਆ ਜਾਂਦਾ ਹੈਗਾ, ਹੈ ਨਾ। ਹੁਣ ਆਪਾਂ ਘਰੇ ਆ ਗਏ ਸੀਗੇ ਤੇ ਅਸੀਂ ਨਾ ਰਿਪੋਰਟ ਦਿਖਾਏ ਸੀਗੇ ਡਾਕਟਰ ਨੂੰ ਜਾ ਕੇ, ਤੇ ਉਹ ਕਹਿੰਦੇ ਵੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ, ਬਹੁਤ ਵਧੀਆ ਰਿਪੋਰਟ ਆਈ ਹੈਗੀ ਤੁਹਾਡੀ। ਤੇ ਜਿਹੜਾ ਇਹ ਟੈਸਟ ਸੀਗਾ, ਮੈਥੋਂ ਨਾ ਕਈ ਵਾਰੀ ਪੁੱਛਣ ਵੀ ਲੱਗ ਜਾਂਦੇ ਨੇ ਵੀ ਇਹ ਵਾਲਾ ਜਿਹੜਾ ਟੈਸਟ ਆ, ਇਹਨੂੰ ਕਹਿੰਦੇ ਕਿਉਡਾਪਲ ਮਾਰਕਰ ਟੈਸਟ, ਇਹ ਨਾ 5th ਮੰਥ ਦੇ ਵਿੱਚ ਕਰਵਾਇਆ ਜਾਂਦਾ ਹੈਗਾ। ਵੈਸੇ ਤਾਂ 5th ਮੰਥ ਦੇ ਵਿੱਚ ਪਹਿਲਾਂ ਸੋਨੋਗ੍ਰਾਫੀ ਹੋਈ ਅਲਟਰਾਸਾਊਂਡ ਮੇਰੀ, ਤੇ ਉਹਦੇ ਵਿੱਚ ਮਤਲਬ ਕੀ ਹੁੰਦਾ ਨਾ ਵੀ ਆਪਾਂ ਬੱਚੇ ਦੇ ਜਿਹੜੇ ਔਰਗਨਸ ਹੁੰਦੇ ਨੇਗੇ, ਜਿਵੇਂ ਮਤਲਬ ਹੱਥ ਪੈਰ ਅੱਖਾਂ ਨੱਕ ਸਾਰਾ ਕੁਛ ਮਤਲਬ ਵਧੀਆ ਬਣ ਰਿਹਾ ਹੈਗਾ, ਵਧੀਆ ਬਣ ਚੁੱਕਿਆ, ਉਹ ਸਾਰਾ ਕੁਛ ਆਪਾਂ ਦੇਖ ਸਕਦੇ ਹੁੰਦੇ ਹਾਂ ਅਲਟਰਾਸਾਊਂਡ ਦੇ ਵਿੱਚ। ਪਰ ਜਿਹੜਾ ਇਹ ਵਾਲਾ ਟੈਸਟ, ਇਹ ਟੈਸਟ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਗਾ। ਕਈ ਵਾਰੀ ਕੀ ਹੁੰਦਾ ਨਾ ਮਤਲਬ ਡਾਕਟਰ ਇਹ ਟੈਸਟ ਲਿਖ ਵੀ ਦਿੰਦੇ ਨੇ, ਪਰ ਕਈ ਜਣੇ ਨਾ ਮਤਲਬ ਇਹ ਦੇਖ ਕੇ ਵੀ ਸਾਡੀ ਅਲਟਰਾਸਾਊਂਡ ਤਾਂ ਵਧੀਆ ਆਈ ਹੈ ਤਾਂ ਉਹ ਇਹ ਟੈਸਟ ਕਰਵਾਉਂਦੇ ਨਹੀਂ ਹੈਗੇ। ਜਿਹੜਾ ਇਹ ਟੈਸਟ ਹੁੰਦਾ ਇੱਕ ਸਕਰੀਨਿੰਗ ਟੈਸਟ ਹੁੰਦਾ ਗਾ, ਇਹਦੇ ਵਿੱਚ ਕੀ ਆਪਾਂ ਨੂੰ ਜਿਹੜਾ ਬੱਚੇ ਦੀ ਮਤਲਬ ਮਾਨਸਿਕਤਾ ਬਾਰੇ ਹੈ ਨਾ ਸਾਰਾ ਕੁਛ ਪਤਾ ਲੱਗ ਜਾਂਦਾ ਵੀ ਕਈ ਵਾਰੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀਗੀ, ਕਿਉਂਕਿ ਕਈ ਵਾਰੀ ਕੀ ਹੁੰਦਾ ਆਪਣੇ ਜੀਨਸ ਦੇ ਵਿੱਚ ਵੀ ਹੁੰਦਾ ਗਾ ਜਾਂ ਪੇਰੈਂਟਸ ਦੇ ਵਿੱਚ ਪ੍ਰੋਬਲਮਸ ਹੁੰਦੀਆਂ ਨੇ ਵੀ ਕੋਈ ਭੁੱਲਣ ਲੱਗ ਜਾਂਦੇ ਨੇ ਕੋਈ ਚੀਜ਼ਾਂ, ਹੈ ਨਾ, ਜਾਂ ਫਿਰ ਕਈ ਵਾਰੀ ਕੋਈ ਹੋਰ ਵੀ ਪ੍ਰੋਬਲਮਸ ਹੁੰਦੀਆਂ ਨੇ ਮਾਨਸਿਕਤਾ ਦੇ ਨਾਲ ਰਿਲੇਟਡ ਵੀ ਉਹ ਬੱਚੇ ਨੂੰ ਤਾਂ ਨਹੀਂ ਹੈਗੀਆਂ ਗੀ ਅੱਗੇ। ਇਹਦੇ ਬਾਰੇ ਮਤਲਬ ਡਾਕਟਰ ਤਾਂ ਕਰਕੇ ਪਹਿਲਾਂ ਪਤਾ ਲਗਾ ਲੈਂਦੇ ਨੇ ਵੀ ਜਿਹੜੀ ਇਹਦੀ ਦਵਾਈ ਹੁੰਦੀ ਆ ਉਹ ਫਿਰ ਮਤਲਬ ਪਹਿਲਾਂ ਹੀ ਸਟਾਰਟ ਕਰ ਦਿੰਦੇ ਨੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਬੱਚੇ ਨੂੰ ਕੋਈ ਪ੍ਰੋਬਲਮ ਨਾ ਹੋਵੇ।
ਇਸ ਕਰਕੇ ਜਿਹੜਾ ਇਹ ਟੈਸਟ ਹੁੰਦਾ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਥੋੜ੍ਹਾ ਜਿਹਾ ਐਕਸਪੈਂਸਿਵ ਤਾਂ ਹੈਗਾ ਗਾ, ਜ਼ਿਆਦਾ ਮਤਲਬ ਪੈਸੇ ਲੱਗਦੇ ਨੇ ਇਹਦੇ, ਪਰ ਆਪਾਂ ਨੂੰ ਹਮੇਸ਼ਾ ਇਹ ਟੈਸਟ ਕਰਵਾਉਣਾ ਚਾਹੀਦਾ, ਬਹੁਤ ਜ਼ਿਆਦਾ ਜ਼ਰੂਰੀ ਟੈਸਟ ਹੁੰਦਾ। ਜਿਹੜਾ ਇਹ ਟੈਸਟ ਆ ਇਹ ਮਤਲਬ ਬਲੱਡ ਸੈਂਪਲ ਲਿੱਤਾ ਸੀ ਉਹਨਾਂ ਨੇ ਮੇਰਾ, ਅਤੇ ਇਹਦੇ ਵਿੱਚ ਹੀ ਹੋਇਆ ਕਿਉਂਕਿ ਬਠਿੰਡੇ ਦੇ ਵਿੱਚ ਨਾ ਇਹ ਟੈਸਟ ਮਤਲਬ ਇੱਥੇ ਕਿਤੇ ਹੋਇਆ ਨਹੀਂ ਹੈਗਾ ਗਾ, ਅਤੇ ਇਹਦੀ ਜਿਹੜੀ ਰਿਪੋਰਟ ਆ ਉਹ ਨਾ ਦਿੱਲੀ ਤੋਂ ਬਣ ਕੇ ਆਉਣੀ ਹੁੰਦੀ, ਅਤੇ ਇੱਕ ਹਫ਼ਤਾ ਲੱਗ ਜਾਂਦਾ ਗਾ ਇਹਦੀ ਰਿਪੋਰਟ ਆਉਣ 'ਤੇ, ਅਤੇ ਇਸ ਕਰਕੇ ਇਹ ਟੈਸਟ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਗਾ। ਇਹਦੇ ਵਿੱਚ ਆਪਾਂ ਨੂੰ ਸਾਰਾ ਕੁਛ ਬੱਚੇ ਦਾ ਪਤਾ ਲੱਗ ਜਾਂਦਾ ਵੀ ਬੱਚੇ ਦਾ ਦਿਮਾਗ ਵਧੀਆ ਡਿਵੈਲਪ ਹੋ ਰਿਹਾ ਗਾ, ਕੋਈ ਪ੍ਰੋਬਲਮ ਨਹੀਂ ਹੈਗੀ ਗੀ। ਸੋ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਵੀ ਤੁਸੀਂ ਵੀ ਜਦੋਂ ਕਈ ਵਾਰੀ ਇੱਦਾਂ ਦੀ ਸਥਿਤੀ ਦੇ ਵਿੱਚ ਹੋਵੋਗੇ ਤਾਂ ਪਲੀਜ਼ ਇਹ ਜਿਹੜਾ ਟੈਸਟ ਹੁੰਦਾ ਇਹ ਜ਼ਰੂਰ ਕਰਵਾਇਆ ਕਰੋ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਹਨਾ ਫਿਰ ਆਪਾਂ ਆਪਦੇ ਬੱਚੇ ਨੂੰ ਦਵਾਈਆਂ ਖਵਾਈ ਚੱਲੀਏ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਸੋ ਇਸ ਕਰਕੇ ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੇ ਡਾਕਟਰ ਮਤਲਬ ਆਪਾਂ ਨੂੰ ਦੱਸਦੇ ਨੇ ਹਨਾ, ਆਪਾਂ ਨੂੰ ਇਹ ਚੀਜ਼ਾਂ ਹਮੇਸ਼ਾ ਜ਼ਰੂਰ ਕਰਵਾਉਣੀਆਂ ਚਾਹੀਦੀਆਂ ਕਿ ਜਦੋਂ ਵੀ ਡਾਕਟਰ ਇਹ ਟੈਸਟ ਤੁਹਾਨੂੰ ਲਿਖਣ ਤਾਂ ਤੁਹਾਨੂੰ ਇਹ ਟੈਸਟ ਜ਼ਰੂਰ ਹੀ ਕਰਵਾਉਣਾ ਚਾਹੀਦਾ। ਤੁਸੀਂ ਇਹ ਗੱਲ ਦੇ ਚੱਕਰ ਦੇ ਵਿੱਚ ਨਾ ਕਦੇ ਵੀ ਰਹੋ ਵੀ ਅਸੀਂ ਅਲਟਰਾਸਾਊਂਡ ਕਰਵਾ ਲਈ ਆ ਅਤੇ ਵੀ ਉਹ ਸਾਰਾ ਕੁਛ ਸਾਡਾ ਸਹੀ ਆਇਆ ਗਾ ਅਤੇ ਵੀ ਇਹ ਟੈਸਟ ਦੀ ਇੰਨੀ ਕੋਈ ਜ਼ਰੂਰਤ ਨਹੀਂ ਹੈਗੀ। ਇਹ ਟੈਸਟ ਵੀ ਉਨਾ ਹੀ ਜ਼ਿਆਦਾ ਜ਼ਰੂਰੀ ਹੁੰਦਾ ਕਿਉਂਕਿ ਦੇਖੋ ਆਪਣੇ ਬੱਚੇ ਤੋਂ ਜ਼ਰੂਰੀ ਆਪਾਂ ਨੂੰ ਹੋਰ ਕੁਛ ਨਹੀਂ ਹੁੰਦਾ। ਸੋ ਇਸ ਕਰਕੇ ਇਹ ਟੈਸਟ ਬਹੁਤ ਜ਼ਰੂਰੀ ਹੁੰਦਾ।